ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਐਂਡ ਤੁਹਾਨੂੰ ਪਤਾ ਦੁਨੀਆ ਦੇ ਵਿੱਚ ਮਹਾਮਾਰੀ ਕਰੋਨਾ ਵਾਇਰਸ ਫੈਲੀ ਹੈ। ਆਪਾਂ ਅੱਜ ਉਹਦੇ ਬਾਰੇ ਗੱਲਾਂ ਕਰਦੇ ਹਾਂ। ਮੈਂ ਕੁਲਵੰਤ ਸਿੰਘ ਧਾਲੀਵਾਲ, ਵਰਲਡ ਕੈਂਸਰ ਕੇਅਰ ਦੀ ਟੀਮ, ਜਾਂ ਮੇਰੇ ਡਾਕਟਰਸ, ਮੇਰੀ ਮੈਡੀਕਲ ਟੀਮ ਨੇ ਜੋ ਮੈਨੂੰ ਐਡਵਾਈਸ ਕੀਤਾ, ਮੈਂ ਤੁਹਾਡੇ ਨਾਲ ਸਾਰਿਆਂ ਨਾਲ, ਜਿੱਥੇ ਵੀ ਪੰਜਾਬੀ ਦੁਨੀਆ 'ਚ ਬੈਠੇ ਆ, ਸਾਰੇ ਮੇਰੇ ਇੰਡੀਅਨ ਭੈਣ ਭਰਾ, ਐਂਡ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ। ਦੋਸਤੋ, ਅੱਜ ਆਪਾਂ ਜੇ ਸਭ ਤੋਂ ਚੰਗੀ ਦੇਸ਼ ਭਗਤੀ ਕਿਹਨੂੰ ਕਹਾਂਗੇ, ਜਿਹੜੇ ਲੋਕ ਘਰ 'ਚ ਬੈਠੇ ਰਹੋ ਉਹ ਦੇਸ਼ ਭਗਤੀ ਹੈ। ਇੱਕ ਬੰਦਾ ਬਾਰਡਰ 'ਤੇ ਲੜ ਰਿਹਾ, ਤੁਸੀਂ ਘਰ ਬੈਠੇ ਇਸ ਰੋਗ ਨਾਲ ਲੜ ਸਕਦੇ ਹੋ, ਕਰੋਨਾ ਨਾਲ। ਠੀਕ ਹੈ, ਕਰੋਨਾ ਤੁਹਾਡੇ ਘਰ ਨਹੀਂ ਆ ਸਕਦਾ, ਤੁਸੀਂ ਬਾਹਰ ਜਾਂਦੇ ਹਾਂ, ਜਿਵੇਂ ਬੱਚੇ ਨੂੰ ਉਂਗਲ ਫੜ ਕੇ ਲੈ ਕੇ ਆਉਂਦੇ ਹਾਂ ਘਰ ਨੂੰ, ਤੁਸੀਂ ਘਰ ਲੈ ਕੇ ਆਉਂਦੇ ਹੋ ਉਹਨੂੰ। ਕਰੋਨਾ ਤੁਹਾਡੇ ਘਰ ਨਹੀਂ ਆ ਸਕਦਾ, ਤੁਸੀਂ ਉਹਨੂੰ ਘਰ ਲੈ ਕੇ ਆ ਰਹੇ ਹੋ। ਆਪਣੇ ਘਰ ਨੂੰ ਕਿਲਾ ਬਣਾ ਲਓ, ਆਪਣੇ ਘਰ ਨੂੰ ਇੱਕ ਆਈਸੋਲੇਸ਼ਨ ਯੂਨਿਟ ਬਣਾ ਲਓ। ਠੀਕ ਹੈ, ਬਜ਼ੁਰਗ ਮਾਂ ਬਾਪ ਹੈ, ਬੱਚੇ ਯਾਰ ਨਹੀਂ, ਮੈਂ ਉਹਨਾਂ ਨੂੰ ਨੁਕਸਾਨ ਕਰ ਸਕਦਾ। ਠੀਕ ਹੈ, ਮੇਰੀ ਬੇਨਤੀ ਹੈ ਸਾਰੇ ਜਿਹੜੇ ਯੂਥ ਹੈ, ਪਲੀਜ਼ ਸਟੇ ਹੋਮ। ਠੀਕ ਹੈ, ਮੈਕਸੀਮਮ ਸਟੇ ਹੋਮ। ਬੈਲੈਂਸ ਡਾਇਟ ਲੈਣੀ ਹੈ, ਸਿੰਪਲ ਫੂਡ ਖਾਣਾ ਹੈ। ਠੀਕ ਹੈ, ਐਂਡ ਮੈਕਸੀਮਮ ਵੈਜੀਟੇਰੀਅਨ ਫੂਡ ਖਾਣਾ ਹੈ। ਠੀਕ ਹੈ, ਉਹ ਚੀਜ਼ ਖਾਣੀ ਹੈ ਜਿਹਦੇ ਨਾਲ ਤੁਹਾਡਾ ਇਮਿਊਨ ਸਿਸਟਮ ਸਟਰੋਂਗ ਹੋਵੇ। 5-7 ਬਦਾਮ ਖਾ ਲਿਆ ਕਰੋ। ਠੀਕ ਹੈ, ਵੱਧ ਤੋਂ ਵੱਧ ਵਿਟਾਮਿਨ ਸੀ ਲੈਣਾ, ਵਿਟਾਮਿਨ ਸੀ। ਠੀਕ ਹੈ, ਉਹ ਇਮਿਊਨ ਸਿਸਟਮ ਨੂੰ ਬੂਸਟ ਕਰੇਗਾ, ਅਤੇ ਜਦੋਂ ਇਮਿਊਨ ਸਿਸਟਮ ਬੂਸਟ ਹੋ ਜਾਏਗਾ ਤਾਂ ਵਾਇਰਸ ਤੁਹਾਡੇ 'ਤੇ ਅਟੈਕ ਨਹੀਂ ਕਰੇਗਾ, ਅਤੇ ਵਾਇਰਸ ਤੁਹਾਡੇ ਘਰ ਆਏਗਾ ਹੀ ਨਹੀਂ ਅਗਰ ਤੁਸੀਂ ਬਾਹਰ ਨਹੀਂ ਜਾਣਾ। ਮੈਂ ਬੇਨਤੀ ਕਰਦਾ, ਆਪਾਂ ਅੱਜ ਇੰਡੀਆ ਬੜਾ ਸਕਸੈਸਫੁਲ ਬੰਦ ਹੋਇਆ, ਮੈਂ ਤੁਹਾਡਾ ਥੈਂਕਸ ਕਰਦਾ ਤੁਹਾਡੀ ਸਿਹਤ ਲਈ। ਠੀਕ ਹੈ, ਪਰ ਇਹਨੂੰ ਹਫ਼ਤਾ ਕਰਨਾ ਪਏਗਾ ਆਪਾਂ ਨੂੰ। ਮੈਂ NRIs ਨੂੰ ਇੱਕ ਬੇਨਤੀ ਕਰਨਾ, NRI ਭੈਣ ਭਰਾਵੋ, ਆਪਾਂ ਪੰਜਾਬ ਲਈ ਬਹੁਤ ਕੁਝ ਕਰਦੇ ਹਾਂ, ਪਰ ਹੁਣ 2 ਮਹੀਨੇ ਪੰਜਾਬ ਨਾ ਜਾਓ। ਮੈਂ ਤੁਹਾਡੀ ਮਿੰਨਤ ਕਰਦਾ ਹੱਥ ਜੋੜ ਕੇ, ਹੁਣ ਪੰਜਾਬ ਨਾ ਜਾਵੇ 2 ਮਹੀਨੇ। ਕੀ ਕਰਤਾ ਨਵੇਂ ਸ਼ਹਿਰ 'ਚ ਆਪਾਂ? ਠੀਕ ਹੈ ਦੋਸਤੋ, ਪਹਿਲਾਂ ਇਟਲੀ ਨੰਬਰ 1, ਚਾਈਨਾ ਨੰਬਰ 1 ਸੀ, ਹੁਣ ਇਟਲੀ ਨੰਬਰ 1 ਆ ਸਾਡੇ ਯੂਰਪ ਦੇ ਵਿੱਚ। ਕੱਲ੍ਹ ਉੱਥੇ ਹਾਈਐਸਟ ਡੈਥ ਰੇਟ ਹੋਇਆ, ਸ਼ਾਮ ਨੂੰ ਬੁਰਾ ਹਾਲ ਹੋ ਗਿਆ। ਠੀਕ ਹੈ, ਡੈਡ ਬੋਡੀਜ਼ ਰੱਖਣ ਨੂੰ ਥਾਂ ਨਹੀਂ ਮਿਲਿਆ, ਪਰ ਬੀ ਪੋਜ਼ਿਟਿਵ, ਕੋਈ ਗੱਲ ਨਹੀਂ, ਕੰਟਰੋਲ ਕਰ ਲਾਂਗੇ ਆਪਾਂ। ਬਸ ਘਰ ਤੋਂ ਬਾਹਰ ਨਹੀਂ ਜਾਣਾ, ਇਹ ਵੱਡੀ ਸਾਵਧਾਨੀ ਹੈ, ਤੁਹਾਡਾ ਘਰ ਨੂੰ ਕਿਲਾ ਬਣ ਜਾਏਗਾ। ਠੀਕ ਹੈ, ਹੁਣ ਆਪਾਂ ਅੱਗੇ ਕੀ ਚੀਜ਼ਾਂ ਤੁਹਾਡੇ ਨਾਲ, ਜੋ ਮੈਨੂੰ ਗਾਈਡੈਂਸ ਬਣੀ ਹੈ, ਤੁਸੀਂ ਉਹ ਕਿਸ ਤਰ੍ਹਾਂ, ਘਰ ਤੋਂ ਬਾਹਰ ਨਹੀਂ ਜਾਣਾ ਗਾ, ਬਜ਼ੁਰਗ ਮਾਂ ਬਾਪ ਦਾ ਖਿਆਲ ਰੱਖਣਾ। ਠੀਕ ਹੈ, ਫਾਲੋ ਦਾ ਗਵਰਮੈਂਟ ਗਾਈਡਲਾਈਨਸ ਐਂਡ ਇੰਸਟਰਕਸ਼ਨਸ, ਉਹਨੂੰ ਸੀਰੀਅਸ ਲੈਣਾ ਹੈ। ਠੀਕ ਹੈ, ਐਂਡ ਸਪੋਰਟ ਦਾ ਗਵਰਮੈਂਟ, ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ। ਐਂਡ ਵੀ ਨੀਡ ਡਾਕਟਰਸ, ਸੈਂਟਿਸਟ, ਠੀਕ ਹੈ, ਸਾਨੂੰ ਨਰਸਿਸ ਚਾਹੀਦੀਆਂ। ਠੀਕ ਹੈ, ਐਂਡ ਜਿਹੜੇ ਫਰੰਟ ਲਾਈਨ 'ਤੇ ਸਾਡੇ ਨਾਲ ਲੜ ਰਹੇ ਹੈ, ਉਹ ਪਤਾ ਕੀ ਕਹਿ ਰਹੇ ਹੈ? ਉਹ ਕਹਿੰਦੇ ਜੇ ਸਾਨੂੰ ਤੁਸੀਂ ਸਾਡੀ ਸਪੋਰਟ ਕਰਨੀ ਹੈ, ਪਲੀਜ਼ ਕਰ ਲਓ। ਡਾਕਟਰਸ ਕਹਿ ਰਹੇ ਇੰਗਲੈਂਡ ਦੇ, ਰੋ ਕੇ ਕਹਿ ਰਹੇ ਆ, 48-48 ਘੰਟੇ ਦੀ ਸ਼ਿਫਟ ਆ, 48 ਆਵਰਸ ਦੀ। ਉਹ ਕਹਿੰਦੇ ਸਾਡੀ ਜੇ ਤੁਸੀਂ ਮਦਦ ਕਰਨੀ ਚਾਹੁੰਦੇ, ਘਰੇ ਰਹੋ। ਦੇਖੋ ਡਾਕਟਰ ਦੀ ਕੀ ਸਾਨੂੰ ਸੁਨੇਹਾ ਆ ਰਿਹਾ, ਪਲੀਜ਼ ਆਪਾਂ ਸਹਿਜੇ ਹੀ ਕੰਟਰੋਲ ਕਰ ਲਾਂਗੇ। 3 ਚੀਜ਼ਾਂ 'ਤੇ ਜ਼ੋਰ ਦੇਣਾ ਆਪਾਂ, ਪ੍ਰਵੈਂਸ਼ਨ ਇਜ਼ ਬੈਟਰ। ਠੀਕ ਹੈ, ਐਂਡ ਇਸ 'ਚ ਮੈਡੀਸਨ ਦੀ ਲੋੜ ਨਹੀਂ, ਜੇ ਪ੍ਰਵੈਂਸ਼ਨ ਹੀ ਕਰ ਲਈਏ, ਹਸਪਤਾਲ ਜਾਣ ਦੀ ਲੋੜ ਨਹੀਂ ਪਊਗੀ। ਸਿਰਫ ਘਰ ਬਹਿਣਾ, ਟਿੱਕ ਕੇ, ਅਤੇ ਵਾਰ ਵਾਰ ਘਰ ਸਾਬਣ ਨਾਲ ਹੱਥ ਧੋਈ ਚੱਲੋ। ਜੇ ਸੈਨੀਟੇਸ਼ਨ ਨਹੀਂ ਮਿਲਦਾ, ਘਰ ਵਾਰ ਵਾਰ ਸਾਬਣ ਨਾਲ ਹੱਥ ਧੋਈ ਚੱਲੋ। ਠੀਕ ਹੈ, ਐਂਡ ਸਟੇ ਸਟਰੋਂਗ, ਆਪਦੇ ਆਪ ਨੂੰ, ਯੈਸ ਅਸੀਂ ਲੜਾਂਗੇ ਇਸ ਦੇ ਨਾਲ। ਠੀਕ ਹੈ, ਗੁਰੂ ਸਾਹਿਬ ਦਾ ਨਾਂ ਲਓ ਘਰ ਬੈਠ ਕੇ। ਸਾਡੇ ਇੰਗਲੈਂਡ 'ਚ ਸਾਰੇ ਗੁਰਦੁਆਰੇ, ਮੰਦਰ, ਮਸਜਿਦਾਂ ਅਸੀਂ ਬੰਦ ਕਰ ਦਿੱਤੀਆਂ, ਅਤੇ ਅਸੀਂ ਘਰ ਬੈਠ ਕੇ ਪਾਠ ਕਰ ਰਹੇ ਹਾਂ। ਅਸੀਂ ਸਰਬੱਤ ਦਾ ਭਲਾ ਘਰ ਬੈਠ ਕੇ ਕਰ ਰਹੇ ਹਾਂ, ਸਾਰੀ ਦੁਨੀਆ ਦੀ ਚੰਗੀ ਸਿਹਤ ਲਈ ਘਰ ਬੈਠ ਕੇ ਅਰਦਾਸ ਕਰਦੇ ਹਾਂ। ਦੋਸਤੋ, ਨਹੀਂ ਗੁਰਦੁਆਰੇ ਮੰਦਰ ਜਾਣਾ, ਬੰਦ ਕਰ ਲਿਓ ਸਭ ਧਾਰਮਿਕ ਸਮਾਗਮ। ਮੈਂ ਮਿੰਨਤ ਕਰਦਾ, ਇਹ ਨਹੀਂ ਕਿ ਮੈਂ ਗੁਰੂ ਤੋਂ ਬਾਹਰ ਹੈ, ਪਲੀਜ਼ ਮੇਰੀ ਬੇਨਤੀ ਹੈ, ਇਹ ਆਪਣੇ ਸਾਰਿਆਂ ਦੀ ਸਿਹਤ ਲਈ ਹੈ, ਸਰਬੱਤ ਦੇ ਭਲੇ ਲਈ ਹੈ। ਠੀਕ ਹੈ, ਐਂਡ ਸਟੇ ਸਟਰੋਂਗ ਐਂਡ ਸਟੇ ਸੇਫ। ਠੀਕ ਹੈ, ਐਂਡ ਸਟੇ ਹੋਮ ਐਂਡ ਬੀ ਪੋਜ਼ਿਟਿਵ। ਠੀਕ ਹੈ, ਇਹ ਬਹੁਤ ਜ਼ਰੂਰੀ ਹੈ, ਸਾਡੀ ਸੋਸ਼ਲ ਰਿਸਪੋਂਸੀਬਿਲਟੀ ਬਣਦੀ ਹੈ। ਸਾਰਾ ਵਰਲਡ ਪ੍ਰੋਬਲਮ ਦੇ ਵਿੱਚ ਪਿਆ ਹੈ, ਇਸ ਕਰਕੇ ਸਾਨੂੰ ਇਹਨਾਂ ਸਾਵਧਾਨੀਆਂ ਨੂੰ ਵਰਤਣਾ ਚਾਹੀਦਾ। ਠੀਕ ਹੈ, ਐਂਡ ਤੁਹਾਡੀ ਸਪਿਰਿਟ ਬਹੁਤ ਹਾਈ ਹੋਣੀ, ਆਪਦਾ ਮਨੋਬਲ ਹਾਈ ਰੱਖੋ, ਕੋਈ ਗੱਲ ਨਹੀਂ, ਆਪਾਂ ਇਹਦੇ ਨਾਲ ਲੜਾਂਗੇ।